चैनल इंडिया क्राइम न्यूज देख रहे सारे दर्शकों का एंकर राजविंदर कौर वालों स्वागत है। बटाला के पिंड ठक्कर संधु विखे महज 9000 की लुट कर मोटरसाइकिल से सवार 3 नौजवान एक फाइनेंस कंपनी के मुलाजम से फायरिंग कर हुए फरार। फाइनेंस कंपनी मुलाजम जख्मी हालत सिविल हस्पताल इलाज लई होया दाखिल। पैर ते लगी गोली वारदात नु अंजाम दे फरार हुंदे 3 नौजवानां दी सीसीटीवी भी आए सामने। उथे ही इस वारदात च जख्मी नौजवान गुरदेव सिंह ने दस्या कि ओह एक डेली फाइनेंस कंपनी च काम करदा है अते रोजाना दी तरह अपने मोटरसाइकिल दे वख वख पिंडां तों पेमेंट इकट्ठी कर वापस आ रहा सी कि अचानक उस नु पिंड ठक्कर संधु नेड़े पलटीना मोटरसाइकिल ते सवार 3 नौजवानां ने रोकिया अते पिस्तौल दी नोक ते उस कोलों जो नकदी करीब 9000 दी सी लुट कर जांदे होए सिर च सट मार अते पैर ते गोली मार फरार हो गए। उथे ही फाइनेंस कंपनी दे मालिक दलबीर सिंह दा कहना है कि उन्हां वल्लों जद फोन आया तां ओह मौके ते पहुंचे तां गुरदेव सिंह जख्मी हालत च सी अते उन्हां सिविल हस्पताल उस नूं दाखिल करवाया। इस मामले च पुलिस थाना शेखवां च शिकायत भी दर्ज करवाई गई है अते उथे ही उन्हां कहा कि यह लुट दी वारदात नित दिन हो रही हैं अते सरकार अते पुलिस प्रशासन नूं इन्हां वारदातां दे नकेल कसण दी लोड है। सिविल हस्पताल बटाला दे सरकारी डॉक्टर पार्थ कुमार ने दस्या कि गुरदेव सिंह उन्हां कोल जख्मी हालत च आया है अते जबकि उसका इलाज चल रहा है। दीपक कुमार अते लकी पार्टिया दी खास रिपोर्ट मिलदे आ अगली खबर दे नाल। तुसी देखदे रहो चैनल इंडिया क्राइम न्यूज़। ਤਾਂ ਦਲਬੀਰ ਸਿੰਘ ਮੇਰਾ ਨਾਮ ਹੈ ਜੀ। ਅੱਛਾ ਭਾਜੀ ਕੀ ਹੋਇਆ, ਕੀ ਹੈ ਪੂਰਾ ਮਾਮਲਾ, ਕੀ ਹੈ ਮਾਮਲਾ? ਸਾਡਾ ਖੈਰਾ ਫਾਈਨੈਂਸ ਕੰਪਨੀ ਦਾ ਇੰਪਲੋਈ ਆ ਇੱਕ, ਜਿਹੜਾ ਕਿ ਡੇਲੀ ਕਿਸ਼ਤਾਂ ਮਤਲਬ ਰਿਕਵਰੀ ਤੇ ਰਿਕਵਰੀ ਕਰਦੇ ਆ ਤੇ ਠੱਕਰ ਸੰਧੂ ਦੇ ਨੇੜੇ ਪਤਲੇ ਨੂੰ ਜਾਂਦੇ ਰਸਤੇ ਦੇ ਵਿੱਚ ਮੁਲਾਜ਼ਮ ਨਾਲ ਲੁੱਟ ਖੋ ਹੋਈ ਆ ਤੇ 3 ਵਿਅਕਤੀ ਹੀ, ਤਿੰਨਾਂ ਬੰਦਿਆਂ ਨੇ ਮੂੰਹ ਫੇਸ ਕਵਰ ਕੀਤੇ ਹੋਏ ਸੀ, ਪਲੈਟੀਨਾ ਮੋਟਰਸਾਈਕਲ ਹੀ, ਉਹਦੀ ਨੰਬਰ ਪਲੇਟ ਕੋਈ ਨਹੀਂ ਸੀ ਪਰ ਮੋਟਰਸਾਈਕਲ ਨਵਾਂ ਸੀ ਵੀ ਜਿੱਦਾਂ ਚੋਰੀ ਦਾ ਪਹਿਲਾਂ ਵੀ ਆਲਰੇਡੀ ਚੋਰੀ ਹੋਈ ਪਈ ਆ। ਬੰਦੇ ਦੇ ਕੋਲੋਂ ਪੈਸੇ ਖੋਹ ਕੇ ਉਹਦੇ ਪੈਰ ਦੇ ਉੱਤੇ ਸ਼ੂਟ ਕੀਤਾ, ਗੋਲੀ ਮਾਰੀ ਗਈ ਆ ਪੈਰ 'ਤੇ। ਫਿਰ ਜਦੋਂ ਭੱਜਣ ਲੱਗਾ, ਥੋੜ੍ਹਾ ਆਪਣੇ ਵੱਲੋਂ ਭੱਜਣ ਦੀ ਕੋਸ਼ਿਸ਼ ਕਰਨ ਲੱਗਾ, ਪੈਸਾ ਫੜਾ ਦਫੜੀ ਦੇ ਵਿੱਚ ਅਤੇ ਰਿਵਾਲਵਰ ਦੀ ਬੈਕ ਸਾਈਡ ਜਿਹੜੀ ਉਹਦੀ ਸਿਰ ਦੇ ਉੱਪਰ ਮਾਰੀ ਗਈ ਆ। ਬਾਕੀ ਪੁਲਿਸ ਰਿਪੋਰਟ ਕੀਤੀ ਗਈ ਆ ਉੱਥੇ, ਉਹਨਾਂ ਨੇ ਸੇਖਮੀ ਥਾਣੇ ਦੇ ਵਿੱਚ ਉਹਨਾਂ ਨੂੰ ਵਿਸ਼ਵਾਸ ਦਿਵਾਇਆ ਵਾ ਵੀ ਅਸੀਂ ਪੂਰੀ ਤਹਿ ਤੱਕ ਪਹੁੰਚਾਂਗੇ। ਵੀਡੀਓ ਵਗੈਰਾ ਉਹਨਾਂ ਨੇ ਖੰਗਾਲੀਆਂ ਕਾਫੀ ਦੇਖਦੇ ਪਏ ਨੇ, ਵੀਡੀਓ ਜਿੱਥੇ ਜਿੱਥੇ ਕੈਮਰੇ ਲੱਗੇ ਪਏ ਸੀ। ਬਾਕੀ ਥੋੜਾ ਟਾਈਮ ਹੋ ਗਿਆ ਵਾ, ਹੁਣ ਬਹੁਤ ਜ਼ਿਆਦਾ ਲੁੱਟ ਖੋ ਹੋ ਚੁੱਕੀ ਆ। ਪਹਿਲਾਂ ਵੀ ਸਾਡੇ ਆ ਇੱਕ ਹਫ਼ਤੇ ਦੇ ਅੰਦਰ ਘੱਟੋ ਘੱਟ 4-5 ਮੁਲਾਜ਼ਮਾਂ ਨਾਲ ਇਸ ਤਰ੍ਹਾਂ ਹੋ ਚੁੱਕਿਆ ਵਾ ਤੇ ਇਹੋ ਹੀ ਆਸ ਆ ਵੀ ਸ਼ਾਇਦ ਸਰਕਾਰ ਕਿਤੇ ਇਹਦੇ ਇਸ ਚੀਜ਼ ਵੱਲ ਵੀ ਧਿਆਨ ਦੇਵੇ ਵੀ ਸਾਡੇ ਜਿਹੜੇ ਡੇਲੀ ਦੇ ਰੁਜ਼ਗਾਰ ਦੇ ਪ੍ਰਤੀ ਆਪਣਾ ਕੰਮ ਕਰਦੇ ਪਏ ਆ ਉਹਨਾਂ ਨੂੰ ਕੋਈ ਮੁਸ਼ਕਲ ਨਾ ਆਵੇ। ਡਾਕਟਰ ਪਾਰਥ, ਪੇਸ਼ੈਂਟ ਸਾਡੇ ਕੋਲ ਗੁਰਦੇਵ ਸਿੰਘ ਆਏ ਨੇ, 5 ਵਜੇ ਆਏ ਨੇ ਅਤੇ ਪੈਰ 'ਤੇ ਸੱਟ ਲੱਗੀ ਇਹਨਾਂ ਦੇ ਅਤੇ ਸਟੇਬਲ ਹੈ, ਵਾਈਟਲ ਸਟੇਬਲ ਨੇ, ਟ੍ਰੀਟਮੈਂਟ ਇਨੀਸ਼ੀਅਲ ਦੇ ਦਿੱਤੀ ਹੈ, ਬਾਕੀ ਸਰਜਨ ਓਪੀਨੀਅਨ ਦੇ ਬਾਅਦ ਆਪਾਂ ਬਾਕੀ ਡਿਕਲੇਅਰ ਕਰਾਂਗੇ। ਦੱਸਿਆ ਜਾ ਰਿਹਾ ਇਹਨਾਂ ਨੂੰ ਕਿ ਗੋਲੀ ਗਨ ਸ਼ਾਟ ਆਇਆ, ਉਹ ਸਾਰਾ ਐਕਸਰੇ ਤੋਂ ਬਾਅਦ ਜਾਂ ਫਰਦਰ ਇਨਵੈਸਟੀਗੇਸ਼ਨ ਤੋਂ ਬਾਅਦ ਕਲੀਅਰ ਹੋਏਗਾ ਸਾਰਾ। ਤੁਹਾਡੇ ਵੱਲੋਂ ਜਿਹੜੀ ਪੁਲਿਸ ਰਿਪੋਰਟ ਕਰ ਦਿੱਤੀ ਗਈ ਹੈ ਇਹਦੇ ਬਾਰੇ ਵੀ? ਹਾਂਜੀ, ਪੁਲਿਸ ਰਿਪੋਰਟ ਤਿਆਰ ਹੈ ਅਤੇ ਉਹ ਵੀ ਥੋੜ੍ਹੀ ਦੇਰ 'ਚ ਅੱਗੇ ਪੁਲਿਸ ਚੌਂਕੀ 'ਚ ਫੜਾ ਦਾਂਗੇ। ਇੰਡੀਆ ਕ੍ਰਾਈਮ ਨਿਊਜ਼, ਜ਼ੁਲਮ ਕੇ ਖਿਲਾਫ ਜੰਗ, ਆਪ ਦੇਖ ਰਹੇ ਹੈ ਇੰਡੀਆ ਕ੍ਰਾਈਮ ਨਿਊਜ਼।